ਰਾਵਾ ਤੇ ਨਹੀਂ ਤੁਰਦੇ ਇਹ ਤੁਰਦੇ ਨੇ ਤੇ ਰਾਹ ਬਣਦੇ ਸਦੀਆਂ ਤੋਂ قافਲੇ ਇਸ ਗੱਲ ਦਾ ਗਵਾਹ ਬਣਦੇ ਹਮੇਸ਼ਾ ਇਹਨਾਂ ਨੇ ਸੋਚਿਆ ਬਣੀਏ ਲੋਕਾਂ ਦੇ ਹਾਸਿਆਂ ਦੇ ਉਹਨਾਂ ਦੇ ਪਿਆਰ ਦੇ ਪਾਤਰ ਕਦੇ ਨਹੀਂ ਸੋਚਿਆ ਇਹ ਬਣਦੇ ਜਾਂ ਉਹ ਬਣਦੇ ਸਾਡੇ ਨਾਲ ਹਾਸਿਆਂ ਦੇ ਬਾਦਸ਼ਾਹ ਮੇਰ ਮਿੱਤਲ ਸਾਹਿਬ ਨੇ ਜੀ ਆਇਆਂ ਨੂੰ ਮੇਰ ਮਿੱਤਲ ਜੀ ਥੈਂਕ ਯੂ ਸਰ ਥੈਂਕ ਯੂ ਸਰ ਮਿੱਤਲ ਸਾਹਿਬ ਜ਼ਿੰਦਗੀ ਜਿਹੜੀ ਹੈ ਹੱਸਦੇ ਹਜ਼ਾਉਂਦੇ ਤੁਸੀਂ ਹੰਡਾਈ ਹੈ ਇਸ ਦੌਰਾਨ ਕੋਈ ਅਜੀਹਾ ਵਾਕਿਆ ਤੁਹਾਨੂੰ ਉਹ ਪਹਿਲਾ ਵਾਕਿਆ ਯਾਦ ਜਦੋਂ ਤੁਹਾਡੀ ਗੱਲ ਤੇ ਕਿਸੇ ਨੇ ਠਾਕਾ ਲਾਇਆ ਸੀ ਤਹੋ ਜੀ ਫਿਲਮਾਂ ਦੇ ਵਿੱਚ ਜਿਹੜਾ ਹਸਾਉਂਦਾ ਆਦਮੀ ਹੈ ਉਹਨੂੰ ਪਹਿਲਾਂ ਤਾਂ ਇਹ ਪਤਾ ਹੁੰਦਾ ਹੈ ਵੀ ਜੇ ਠਾਕਾ ਨਾ ਲੱਗਿਆ ਤਾਂ ਮੈਂ ਐਜ਼ ਅ ਕਮੇਡੀਅਨ ਫੇਲ ਐ ਠੀਕ ਹੈ ਨਾ ਵੀ ਮੇਰੇ ਨਾਲਣਾ ਜ਼ਰੂਰੀ ਹੈ ਪਰ ਫੈਲੀ ਫਿਲਮ ਸੀ ਹਸਨਪੁਰੀ ਜੀ ਤੇਰੀ ਮੇਰੀ ਇੱਕ ਹੀ ਨਰੀ ਜੀ ਤੇ ਉਦੋਂ ਇੱਕ ਮੈਂ ਕੰਮ ਕਰ ਰਿਹਾ ਹੁਣ ਲੇਡੀ ਨਾਲ ਤੇ ਉਹ ਮੇਰੇ ਨਾਲ ਗੁੱਸੇ ਹੋ ਕੇ ਮੇਰੇ ਮਮਰ ਉਹ ਮੇਰੇ ਥੱਪੜ ਮਾਰਦੀ ਐ ਤੇ ਮੈਂ ਪਾਲੂ ਕਹਿੰਦਾ ਹੁਣ ਮੈਨੂੰ ਐ ਨਹੀਂ ਪਤਾ ਮੇਨਾਂ ਪਿਆਰ ਨਾਲ ਮਾਰ ਕੇ ਗਈ ਹੈ ਕਿ ਗੁੱਸੇ ਨਾਲ ਮਾਰ ਕੇ ਗਈ ਹੈ ਵੀ ਜੇ ਪਿਆਰ ਨਾਲ ਮਾਰ ਕੇ ਗਈ ਹੈ ਫਿਰ ਤਾਂ ਬਾਜੂ ਛਾਗੇ ਤੇ ਜੇ ਗੁੱਸੇ ਨਾਲ ਮਾਰ ਕੇ ਗਈ ਹੈ ਵੀ ਫਿਰ ਗਲਤੀ ਕੰਮ ਕਰਕੇ ਗਈ ਹੈ ਦਾ ਮਤਲਬ ਐ ਚਾਹੀਦੀ ਨਹੀਂ ਸੀ ਉਹਨੂੰ ਲੋਕਾਂ ਅਸ ਵੀ ਬੜੀ ਕੰਮ ਵਾਲੀ ਗੱਲ ਹੈ ਜੀ ਇਹ ਤਾਂ ਬਸ ਐਜੀ ਗੱਲ ਸੀ ਤੇ ਪੇਸ਼ੇ ਤੋਂ ਤੁਸੀਂ ਵਕੀਲ ਰਹੇ ਹੋ ਤੇ ਵਕੀਲ ਜਿਹੜੇ ਕਹਿੰਦੇ ਬੜੇ ਸੰਜੀਦਾ ਹੁੰਦੇ ਪਰ ਤੁਸੀਂ ਕਾਮੇਡੀ ਨੂੰ ਵੀ ਬੜੀ ਸੰਜੀਦਗੀ ਨਾਲ ਜਿੰਨੂੰ ਕਹਿੰਦੇ ਉਹ ਕੀਤਾ ਤੇ ਇਹ ਸਾਰੇ ਜਿਹੜੇ ਕਾਮੇਡੀ ਤੇ ਰਾਏ ਤੁਸੀਂ ਪਏ ਹੈ ਇਹ ਸੈਦ ਸੁਭਾਈ ਪੈਗੇ ਸੀ ਨਹੀਂ ਜੀ ਪਹਿਲਾਂ ਤਾਂ ਕੋ ਕਮੇਡੀਅਨ ਰਾਮ ਲਿਲਾ ਹੁੰਦੀ ਸੀ ਰਾਮ ਲਿਲਾ ਦੇ ਵਿੱਚ ਮੈਨੂੰ ਕਾਮੇਡੀ ਪਸੰਦ ਆਉਂਦੀ ਸੀ ਬਾਕੀ ਦਾ ਸੀਰ ਚੱਲਦੇ ਨੇ ਇਹਦੇ ਸੀ ਉਹ ਵੀ ਗੱਲ ਸੀ ਫਿਰ ਸੈਕੰਡਲੀ ਮੈਨੂੰ ਮੜਿਆ ਪਤਾ ਸੀ ਵੀ ਕਾਮੇਡੀ ਇਜ਼ ਅ ਬੈਸਟ ਵੀ ਲੋਕ ਕਾਮੇਡੀ ਪਸੰਦ ਕਰਦੇ ਆ ਪਈ ਚਾਹੇ ਕੁਝ ਗੱਲ ਹੈ ਪੀਪਲ ਵਾ ਜੇ ਕਾਮੇਡੀ ਵਧੀਆ ਤਾਂ ਫਿਰ ਕਾਮੇਡੀ ਪਸੰਦ ਕਰਦੇ ਆ ਫਿਰ ਜਦੋਂ ਥਰਡ ਗੱਲ ਹੈ ਵੀ ਜਦੋਂ ਫਿਲਮਾਂ 'ਚ ਆਇਆ ਤੇ ਉਦੋਂ ਮੈਨੂੰ ਇਹ ਪਤਾ ਲੱਗ ਗਿਆ ਵੀ ਕੀਮਤਾਂ ਕਮੇਟੀਾਂ ਦੀ ਹੈ ਜੀ ਹੋਰ ਕਿਸੇ ਦੀ ਕਮੇਟੀ ਨਹੀਂ ਵੀ ਇਹ ਕੀਮਤ ਬਣ ਨਹੀਂ ਆਣਾ ਖਾਸ ਤੌਰ ਤੇ ਮਲਗ ਲੈਂਗੁਏਜ ਦੀ ਜਿਹਦੀ ਅਰੀਜਨਲ ਲੈਂਗੁਏਜ ਹੈ ਤੋ ਕਮੇਟੀ ਨਹੀਂ ਬਣ ਸਕਦੀ ਫਿਰ ਮੈਂ ਉਧਰ ਚੁੱਕਿਆ ਦਾਦਾ ਜੀ ਪਰ ਇਸ ਫੀਲਡ ਵਿੱਚ ਤੁਸੀਂ ਹਮੂਮਨ ਕਿਹਾ ਵੀ ਹੈ ਕਿ ਜ਼ਿਆਦਾ ਜਿਹੜੀ ਤੁਹਾਡੀ ਸਟਰਗਲ ਹੈ ਉਹ ਇਸ ਫੀਲਡ ਵਿੱਚ ਨਹੀਂ ਰਹੀ ਹੈ ਪਰ ਇਸ ਦਾ ਸਿਹਰਾ ਤੁਹਾਨੂੰ ਕੀ ਲੱਗਦਾ ਉਸ ਪਰਮਾਤਮਾ ਦੀ ਉਸ ਉੱਪਰ ਵਾਲੇ ਦੀ ਤੁਹਾਡੇ ਅੰਦਰ ਜਿਹੜੀ ਕਲਾ ਦੀ ਦਾਤ ਬਖਸ਼ੀ ਉਹਨੂੰ ਜਾਂਦਾ ਹੈ ਜਾਂ ਤੁਹਾਡੀ ਕਿਸਮਤ ਨੂੰ ਜਾਂਦਾ ਨਹੀਂ ਦੇ ਵੀ ਪਰਮਾਤਮਾ ਦਾ ਆਪ ਕਹਦੇ ਨੇ ਵੀ ਪਰਮਾਤਮਾ ਹੈ ਜਾਂ ਕਿਸਮਤ ਹੈ ਕੋਈ ਗੱਲ ਹੈ ਮੈਂ ਪਰ ਜਿਹੜੀ ਹਾਸੇ ਦੀ ਗੱਲ ਸੀ ਨਾ ਇਹ ਮੈਨੂੰ ਇਹਦਾ ਪਤਾ ਸੀ ਵੀ ਜੇ ਮੈਂ ਹੱਸਾ ਨਾ ਸਕਿਆ ਫਿਰ ਗੱਲ ਨਹੀਂ ਬਣਨੀਗੀ ਔਰ ਇਹਦਾ ਜਦੋਂ ਮੈਂ ਪਹਿਲੀ ਵਾਰੀ ਫਿਲਮ 'ਚ ਆਇਆ ਇੰਦਰਜੀਤ ਸਿੰਘ ਹਸਨਪੁਰ ਦੀ ਫਿਲਮ ਸੀ ਤੇ ਮੇ ਜਿਹੜੀ ਉਹਦੇ ਬਾਅਦ ਜਿਹੜੇ ਲੋਕਾਂ ਨੇ ਦੇਖਿਆ ਨਾ ਉਹ ਧਰਮਿੰਦਰ ਸਾਹ ਨੂੰ ਦੇਖਿਆ ਉਹ ਕਹਿੰਦੇ ਰਿਆ ਕਿਹੜਾ ਬੰਦਾ ਫੜ ਲਿਆ ਤੂੰ ਉਹਦੇ ਬਾਅਦ ਦੇਖਿਆ ਮਨੋਜ ਕੁਮਾਰ ਨੇ ਤੇ ਮੈਂ ਉਹਨੂੰ ਜੋ ਮਰੀ ਪੰਜਾਬੀ ਲੈਂਗੁਏਜ ਹੋਈ ਮੈਂ ਕੀ ਕਰਦੇ ਹਾਂ ਕਿੱਧਰ ਗਏ ਸੀ ਆਜ ਕਰਦੇ ਆਗੇ ਸੀ ਉਹ ਕਹਿੰਦਾ ਇਹਦੇ ਪਹਿਲੀ ਵਾਰ ਲੈਂਗੇ ਜਾਈ ਬੋਲੀਏ ਬੜੇ ਕੰਫੀਡੈਂਸ ਨਾਲ ਬੋਲ ਰਿਹਾ ਹੈ ਤਾਂ ਉਹਨਾਂ ਦੋਨਾਂ ਨੇ ਮੈਨੂੰ ਹਰੇਕ ਸਾਥ ਤੇ ਰეკਮੈਂਡ ਕਰਨ ਦੀ ਕੋਸ਼ਿਸ਼ ਕੀਤੀ ਔਰ ਉਹਦਾ ਮਤਲਬ ਇਹ ਹੋਇਆ ਮੈਂ ਇਹ ਸਭ ਟੱਕਰ ਲਿਆ ਕਿ ਮੈਨੂੰ ਕਿਸੇ ਕੋਲ ਜਾਣ ਦੀ ਲੋੜ ਨਹੀਂ ਪਈ ਕਦੇ ਵੀ ਨੈਵਰ ਲੋਕ ਆਪੇ ਪੜੀ ਸੁਣਾਉਂਦੇ ਸੀ ਮੇਰੇ ਕੋਲੇ ਔਰ ਆਪੇ ਕੰਮ ਕਰਦਾ ਸੀ ਤੁਸੀਂ ਜੇ ਪੰਜਾਬੀ ਸਿਨੇਮਾ ਦਾ ਉਸ ਦੌਰ ਵਿੱਚ ਪੰਜਾਬੀ ਸਿਨੇਮਾ ਨਾਲ ਜੁੜੇ ਸੀ ਜਦੋਂ ਕਮੀਡੀਅਨਸ ਨੂੰ ਪੰਡਮਰਾਸੀ ਕਿਹਾ ਜਾਂਦਾ ਜਾਂ ਉਹਨਾਂ ਦਾ ਮਖੌਲ ਉਡਾਇਆ ਜਾਂਦਾ ਸੀ ਤੇ ਉਹ ਸੋਚ ਨੂੰ ਬਦਲਣਾ ਤੁਹਾਡੇ ਲਈ ਕਿੰਨਾ ਔਖਾ ਹੈ ਨਹੀਂ ਔਖੇ ਦੀ ਗੱਲ ਨਹੀਂ ਵੀ ਹੁਣ ਵੀ ਪੰਡ ਨੂੰ ਲੋਕ ਲਾਈਕ ਕਰਦੇ ਆ ਪਰ ਕੋਈ ਕੋਈ ਪੇਸ਼ਕਰ ਨਾਲ ਹੋਵੇ ਨਾ ਜਦੋਂ ਮੈਂ ਪਹਿਲੀ ਇੰਡਸਟਰੀ 'ਚ ਮਨੋ ਗਿਆ ਤੇ ਮੈਂ ਦੇਖਿਆ ਉਹ ਤੇ ਐਕਚੁਅਲੀ ਸਾਰੇ ਕਮੀਡੀਅਨਸ ਹੀ ਉਹ ਅਨਪੜ੍ਹੀ ਸੀ ਕਈ ਕਈ ਉਹਨਾਂ ਨੂੰ ਪਤਾ ਨਹੀਂ ਸੀ ਮੈਂ ਪੜ੍ਹਿਆ ਲਿਖਿਆ ਕਰਕੇ ਐਡਵੋਕੇਟ ਕਰਕੇ ਮੈਂ ਹਰੇ ਯੂਨਿਨ ਫਾਈਨ ਕੀਤਾ ਪਹਿਲਾਂ ਉਹ ਰਫਾਈਨ ਕਰਕੇ ਫਿਰ ਮੈਂ ਦੇਖਿਆ ਵੀ ਮੈਂ ਉਹ ਚੀਜ਼ਾਂ ਆਪ ਤੇ ਹਸਣਾ ਜੈਨਾ ਆਸਾ ਮੈਨੂੰ ਪਤਾ ਵੀ ਆਹ ਗੱਲ ਤੇ ਲੋਕ ਹਸਣਗੇ ਮੈਂ ਚਾਹੇ ਉਹ ਗੱਲ ਨੂੰ ਲਈ ਨਹੀਂ ਕਰਦਾ ਪਰ ਜਦੋਂ ਮੈਂ ਗੱਲ ਲੋਕਾਂ ਨੂੰ ਕਹਾਂਗਾ ਨਾ ਤਾਂ ਲੋਕ ਹੱਸਣਗੇ ਇਹ ਮੈਂ ਪਹਿਲੇ ਫੜ ਲਿਆ ਜਦੋਂ ਮੈਂ ਗੱਲਾਂ ਕਰਦਾ ਸੀ ਐ ਜੀਆਂ ਤੇ ਉਦੋਂ ਲੋਕ ਬੜੇ ਹੱਸੇ ਸੀ ਤੇ ਮੈਨੂੰ ਕਹਿੰਦੇ ਤੈਨੂੰ ਨਹੀਂ ਹਸਾਉਂਦਾ ਮੈਂ ਮੈਨੂੰ ਨਹੀਂ ਹਸਾਉਂਦਾ ਮੈਂ ਮੈਨੂੰ ਬਹੁਤ ਘਟਾ ਹਸਾਉਂਦਾ ਮੈਂ ਮੈਨੂੰ ਨਹੀਂ ਹਸਾਉਂਦਾ ਪਰ ਮੈਂ ਤਾਂ ਇਹ ਮੈਂ ਫਰੈਂਟੀ ਦੇ ਬਾਬੋਲ ਦੇ ਨਾਮ ਜੀ ਪਰ ਉਹ ਵੀਂਗੀ ਟੱਡੀ ਚਾਲ ਚਲ ਕੇ ਜਾਂ ਹਾਸੋ ਹੀ ਨੇ ਤਰੀਕੇ ਨਾਲ ਡਾਇਲੌਗ ਬੋਲ ਕੇ ਆਪਣੇ ਉੱਤੇ ਹਸਾਣਾ ਤੁਹਾਨੂੰ ਕੀ ਲੱਗਦਾ ਇੱਕ ਕਮੇਡੀਅਨ ਲਈ ਕਿੰਨਾ ਜ਼ਰੂਰੀ ਹੈ ਉਹ ਇਹ ਗੱਲ ਹੈ ਵੀ ਸੁਣੋ ਉਹ ਗੱਲ ਇਹ ਹੈ ਵੀ ਕਮੇਡੀ ਪਰਦਾ ਕਰ ਹੋ ਸਕਦਾ ਹੈ ਜਿਹਨੂੰ ਪਬਲਿਕ ਦੀ ਦੀ ਪਤਾ ਹੋਵੇ ਪਬਲਿਕ ਇਤੇ ਹਾਜ਼ਰੀ ਹੈ ਜੇ ਮੈਂ ਕਹਿੰਦਾ ਮੈਂ ਕਰ ਸਕਦਾ ਨਹੀਂ ਮੈਂ ਨਵਜ ਫੜੀ ਪਬਲਿਕ ਦੀ ਵੀ ਪਬਲਿਕ ਇਤੇ ਹਾਜ਼ਰੀ ਹੈ ਪਬਲਿਕ ਕੀ ਕੀ ਮੰਗਦੀ ਹੈ ਪਬਲਿਕ ਮੈਨੂੰ ਮੰਗਦੀ ਸੀ ਵੀ ਜਿਹੜੀ ਜੇ ਮੈਂ ਨੌਕਰ ਬਣਿਆ ਤਾਂ ਮੈਨੂੰ ਕੋਈ ਡੈਸ ਭਾਈ ਜੇ ਮੈਂ ਨਾਈ ਬਣਿਆ ਮਨਾਈ ਦੀ ਡੈਸ ਭਾਈ ਜੇ ਮੈਂ ਪੋਸਟ ਬਣਿਆ ਤਾਂ ਮੈਂ ਪੋਸਟਮੈਨ ਦੀ ਡੈਸ ਸੀ ਭਾਈ ਜੇ ਪੋਸਟਮੈਨ ਕਿਵੇਂ ਚੱਲਦਾ ਹੁੰਦਾ ਉਹ ਮੈਂ ਚੱਲਿਆ ਜੇ ਕਿ ਪਿੰਡ ਚ ਕਮੜਾ ਬੰਦਾ ਚੱਲਦਾ ਜਿਹਨੂੰ ਕਿ ਜਿਹਦੀ ਸ਼ਾਦੀ ਨਹੀਂ ਹੁੰਦੀ ਤਰੇ ਫਿਰਦਾ ਫਿਰ ਮੈਂ ਉਹ ਮੈਂ ਚੱਲਿਆ ਫਿਰ ਦੇਖੀ ਜੋ ਕਿ ਲੋਕ ਜੀ ਆਪਣੀ ਗੱਲੀ ਗੱਲੀ ਕੋਈ ਨਹੀਂ ਤਾਂ ਇਹਦਾ ਆਪ ਕਰ ਲੱਗੇ ਤੇ ਉਹ ਵੀ ਕਰ ਲੱਗੇ ਤੇ ਬੈਠ ਕੇ ਗੱਲ ਕੋਈ ਹੈ ਹੀ ਨਹੀਂ ਫਿਰ ਮੈਂ ਬੋਲਿਆ ਤੇ ਉਹਦੇ ਨਾਲ ਹੁਣ ਜੇ ਆਪਾਂ ਦੇਖੀਏ ਸੌਰੀ ਤੁਹੇ ਹੁਣ ਐ ਨਹੀਂ ਪਤਾ ਵੀ ਨੰਦ ਕਿਹੜੀ ਆ ਸਾਣੀ ਕਿਹੜੀ ਆ ਤੇ ਨੰਦ ਕਿਹੜੀ ਆ ਸੱਸ ਕਿਹੜੀ ਆ ਤੇ ਉਹਦੀ ਬਹੂ ਕਿਹੜੀ ਆ ਮੈਂ ਲੈਂਗੁਏਜ ਜਾਣ ਕੇ ਵਹੀ ਲੱਗਦਾ ਕਪੜਾ ਮਗਨ ਨਹੀਂ ਹਾਲਾਂਕਿ ਸਮ ਟਾਈਮ ਮੈਂ ਕਿੰਨੇ ਵਾਰੀ ਮੈਂ ਹੀਰੋ ਨੂੰ ਡੋਮੀਨੇਟ ਕੀਤਾ ਲੈਂਗੁਏਜ ਬੀ ਲੋਕਾਂ ਨੂੰ ਰਾਈ ਕਰਕੇ ਵੀ ਉਥੇ ਸਟੇ ਤੇ ਵੀ ਪਰ ਮੈਂ ਆਪ ਦੇ ਕੱਪੜੇ ਆਪ ਦੀ ਚਾਲ ਆਪ ਦੀ ਢਾਲ ਆਉਂਦੀ ਗੱਲਬਾਤ ਉਹਨਾਂ ਨੂੰ ਨੀਵੀਂ ਰੱਖੀ ਉਹ ਮੈਂ ਕਹਿੰਦਾ ਸੀ ਆਪਸ ਸੰਭਾਲ ਲਾਗੇ ਤੂਫੇ ਕਹਿੰਦਾ ਤੂੰ ਇਹ ਗੱਲ ਬੋਲ ਲੈ ਨਾ ਮੈਂ ਆਪੇ ਸੰਭਾਲ ਲਊਗਾ ਮੈਂ ਗੱਲ ਕਰੂੰਗਾ ਤੂੰ ਤੁਸੀਂ ਚੁੱਪ ਕਰੋ ਜੀ ਮੱਕੂ ਐ ਕਰਦਾ ਉਹਦੇ ਨਾਲ ਮੈਂ ਡੋਮਿਨੇਟ ਵੀ ਕਰ ਜਾਂਦਾ ਸੀ ਤੇ ਲੋਕ ਮੈਨੂੰ ਲੜਾਈ ਵੀ ਕਰਦੇ ਸੀ ਤੇ ਉਹਦੇ ਲਈ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਪੋਸਟਮੈਨ ਜਦੋਂ ਬਣੇ ਜਾਂ ਨੌਕਰ ਬਣੇ ਉਹ ਡਰੈਸ ਉਹ ਇੱਕ ਤਕਨੀਕ ਜਿਹਨੂੰ ਕਹਿੰਦੇ ਟੈਕਨੀਕ ਆਫ ਆਬਜ਼ਰਵੇਸ਼ਨ ਉਹ ਕਿੰਨੀ ਕੋ ਉਹ ਆਬਜ਼ਰਵੇਸ਼ਨ ਹੈ ਜਿਹੜਾ ਐਕਟਰ ਹੈ ਨਾ ਐਸਾ ਉਹ ਮੈਂ ਨਵੀਂ ਗੱਲ ਦੱਸਦਾ ਵੀ ਜਿਹੜਾ ਐਕਟਰ ਹੈ ਉਹਨੂੰ ਇਹ ਤਕਨੀਕ ਜਮਾਂਦਰੂ ਹੁੰਦੀ ਹੈ ਜੇ ਮੈਨੂੰ ਮਜ਼ਦੂਰ ਬਣਾ ਲਓਗੇ ਸਨੂ ਮੈਂ ਲੋਕ ਵੀ ਪੜੇ ਲਿਖੇ ਹੈ ਹੀ ਨਹੀਂ ਵੀ ਇਹ ਨਹੀਂ ਪੜੇ ਲਿਖਿਆ ਹੋ ਸਕਦਾ ਜੇ ਮੈਨੂੰ ਬਣਾ ਦਿਓਗੇ ਪੋਸਟਮੈਨ ਤਾਂ ਮੈਂ ਪੜਦਾ ਚਿੱਠੀ ਕਿੰਦਾ ਦੀ ਹੋਣੀ ਹੈ ਦੇਖ ਲੈ ਕੇ ਇਧਰ ਮਨੂ ਪਤਾ ਹੈ ਉਹ ਉਹ ਮੈਂ ਡਾਕੀ ਨਹੀਂ ਕਰ ਸਕਦਾ ਜੇ ਮੈਨੂੰ ਕਿਸੇ ਕਿਹਦੇ ਸਰੀ ਲੱਗਿਆ ਹੁੰਦਾ ਜਿਹਦੇ ਜ਼ਮੀਨ ਹੁੰਦੀ ਹੈ ਤੇ ਸਰੀ ਲੱਗਿਆ ਹੁੰਦਾ ਤਾਂ ਬਾਹਰ ਰੋਟੀ ਖੋਣੇ ਲਾਉਂਦੇ ਉਹਨੂੰ ਪਰ ਰੋਟੀ ਬਾਦੀ ਤਾਂ ਉਹਨੇ ਰੋਟੀ ਬਾਦੀ ਮੈਨੂੰ ਮੈਨਾਂ ਨਾਲੇ ਖਾਈ ਜਾਣਾ ਨਾਲੇ ਉਧਰ ਵੀ ਦੇਖੀ ਜਾਣਾ ਕੁੱਤੇ ਕੰਨੀ ਵੀ ਦੇਖੀ ਜਾਣਾ ਉਹਨੇ ਡਸਕਨ ਵੀ ਦੇਖੀ ਜਾਣਾ ਐ ਵੀ ਦੇਖੀ ਜਾਣਾ ਵੀ ਰੋਟੀ ਹੋਰ ਲਿਆਉਣਗੇ ਗਰੀ ਲਿਆਉਣਗੇ ਐਨੇ ਚ ਫੜੇ ਕਰੋ ਕੁੱਤੀ ਬੈਠੀ ਦੀ ਮੈਂ ਤੈਨੂੰ ਰੋਟੀ ਪਾਉਂਗਾ ਮੈਨੂੰ ਰੋਟੀ ਹੋਰ ਇੱਕ ਆ ਤਾਂ ਜਾਂਦੇ ਉਹ ਕਿਵਰੀ ਭੁੱਲੀ ਵੀ ਜਾਂਦੇ ਆ ਮਗਿਆ ਮੈਂ ਮੈਂ ਦੇਖ ਲੈ ਐਨੇ ਜੀ ਬਾਈ ਚਾਂਸ ਕੀ ਹੋਇਆ ਉਹ ਮਾਲਕ ਆ ਗਈ ਕਹਿੰਦੀ ਭਾਈ ਹੱਥ ਓਲਾ ਮਾਰਾ ਕਰ ਲਾਗਾ ਆਹ ਮਾਲਕਾ ਦਾ ਕੰਮ ਹੈ ਰੱਜੇ ਹਣੀ ਪਹਿਲੇ ਹੱਥ ਹੋਲਾ ਅਬ ਆ ਕਵਲੇ ਸੋਨੂੰ ਪਾਪ ਲੱਗੂਆ ਕਿਦੋਂ ਤੁਰੇ ਫਿਰਸੋ ਤੈਨੂੰ ਮੈਂ ਰੋਟੀ ਮੈਂ ਗਾਂਜਾ ਹੀ ਖਵਾਉਂਗਾ ਮਨੇ ਕੋਰ ਦੂ ਕੁੱਤੀ ਨੂੰ ਮੈਂ ਗਿਆ ਤੂੰ ਮੇਰੇ ਨਾਲ ਜਨ ਇਹਨੇ ਰੋਟੀ ਕੀ ਦੇੜੀ ਸੀ ਜਿਹੜੇ ਲੋਕ ਵਾਕਿਆ ਸੁਣ ਕੇ ਗੱਲ ਤੇ ਤੇ ਵਾਕਿਆ ਤੁਰਨਾ ਅੱਜ ਪੱਕੇ ਉਹ ਨਿਕਲ ਹੱਸ ਰਗੇ ਲੋਕ ਕਿ ਵਾਕਿਆ ਠੀਕ ਹੈ ਰੋਟੀ ਰਿਮਿਰੀ ਮੈਂ ਕੰਬ ਜਿਨਾ ਮਾਰੀ ਜਿ ਕਰਾ ਲੈਣੇ ਪਰ ਰੋਟੀ ਵੇਲੇ ਰੋਟੀ ਦੇ ਉੱਪਰਲੇ ਪੁੱਲੀ ਗੇ ਰੋਟੀ ਦੇਣੀ ਭਾਬੀ ਜੀ ਖਾਲੀ ਹੋਣੀ ਇਹਨਾਂ ਨੇ ਤੇ ਹਾਸਿਆ ਦਾ ਤੇ ਮਹਿਰ ਮਿੱਤਲ ਸਾਹਿਬ ਨਾਲ ਗੱਲਾਂ ਦਾ سلسلہ ਜਿਹੜਾ ਉਹ ਜਾਰੀ ਰਹੇਗਾ ਇੱਕ ਛੋਟੇ ਜਿਹੇ وقفੇ ਤੋਂ ਬਾਅਦ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਤੇ ਸਾਡੇ ਨਾਲ ਹਾਸਿਆ ਦੇ ਬਾਦਸ਼ਾਹ ਮਹਿਰ ਮਿੱਤਲ ਸਾਹਿਬ ਨੇ ਮਹਿਰ ਜੀ ਅੱਜ ਪੰਜਾਬੀ ਸਿਨੇਮਾ ਜਿਹੜਾ ਹੈ ਉਹ ਜਿਸ ਮੁਕਾਮ ਤੇ ਖੜਾ ਹੈ ਉਸ ਵਿੱਚ ਤੁਹਾਡਾ ਤੇ ਤੁਹਾਡੇ ਸਹਿਯੋਗੀਆਂ ਦਾ ਬੜਾ ਯੋਗਦਾਨ ਰਿਹਾ ਪਰ ਤੁਹਾਨੂੰ ਇਹ ਨਹੀਂ ਲੱਗਦਾ ਕਿ ਪੰਜਾਬੀ ਸਿਨੇਮਾ ਕਿਤੇ ਨਾ ਕਿਤੇ ਅੱਗੇ ਵਧਣ ਦੀ ਦੌੜ ਵਿੱਚ ਆਪਣੇ ਜਿਹੜੇ ਸੱਚੇ ਸਾਥੀ ਸੀ ਉਹਨਾਂ ਨੂੰ ਭੁੱਲ ਗਿਆ? ਇਹ ਗੱਲ ਹੈ ਜੀ ਵੀ ਮੈਂ ਤੁਹਾਨੂੰ ਕਹਾਂ ਇਹ ਜੋ ਹੋਰ ਬੜੀ ਸ਼ਾਨਦਾਰ ਗੱਲ ਹੈ ਵੀ ਹੁਣ ਇਹ ਦੁਨੀਆ ਦੇ ਵਿੱਚ ਨਾ ਹਰੇਕ ਡਿਪਾਰਟਮੈਂਟ ਆਪ ਦੇ ਪਿਛਲੇ ਸਾਥੀਆਂ ਨੂੰ ਭੁੱਲ ਗਿਆ ਚਾਹੇ ਕੋਈ ਡਿਪਾਰਟਮੈਂਟ ਹੈ ਚਾਹੇ ਕੋਈ ਪਾਰਲੀਮੈਂਟ ਹੈ ਚਾਹੇ ਕੁਛ ਹੈ ਉਸੇ ਹਿਸਾਬ ਨਾਲ ਸਾਨੂੰ ਭੁੱਲ ਗਏ ਲੋਕ ਉਸੇ ਹਿਸਾਬ ਨਾਲ ਲੋਕਾਂ ਦੀ ਲੈਂਗੁਏਜ ਬਦਲ ਗਈ ਉਸੇ ਹਿਸਾਬ ਨਾਲ ਪੰਜਾਬੀ ਲੈਂਗੁਏਜ ਬਦਲ ਗਈ ਉਸੇ ਹਿਸਾਬ ਨਾਲ ਹਿੰਦੀ ਲੈਂਗੁਏਜ ਬੋਲ ਗਈ ਮਤਲਬ ਕਿ ਇਹ ਚੇਂਜ ਕਲੀ ਪੰਜਾਬੀ ਚ ਨਹੀਂ ਆਈ ਇਹ ਸਾਰੇ ਵਰਡ ਜੀ ਆ ਗਏ ਕਪੜੇ ਵੀ ਹੋਰ ਡਰੈਸਾਂ ਵੀ ਹੋਰ ਗੱਲਾਂ ਵੀ ਹੋਰ ਸਮਝਣ ਦੀ ਗੱਲ ਵੀ ਹੋਰ ਹਾਸੇ ਦੀ ਗੱਲ ਵੀ ਹੋਰ ਪਹਿਲਾਂ ਮੈਂ ਕਿਹਾ ਸੀ ਕਿ ਮੈਂ ਵਿਆਹ ਕਰਾਊਗਾ ਹੁਣ ਕਿਹਾ ਸੀ ਵਿਆਹ ਕਿ ਵਿਆਹ ਦੀ ਕੀ ਗੱਲ ਹੈ ਵਿਆਹ ਤਾਂ ਆਮੀ ਹੋ ਜਾਂਦਾ ਹੈ ਦੀ ਗੱਲ ਫਿਰ ਮੈਨੂੰ ਪੁਰਾ ਕਹਿੰਦਾ ਕਹਿੰਦਾ ਤੇਰਾ ਵਿਆਹ ਦਾ ਕਰਾਂਗੇ ਐਨੇ ਜੋ ਕਿਸੇ ਨਾਲ ਗੱਲ ਕਰ ਲੱਗ ਗਿਆ ਕਹਿੰਦਾ ਵੀ ਕੁੜੀਆਂ ਹੈਗੀਆਂ ਹੱਥ 'ਚ ਮੇਰੇ ਦੋ ਤੁਸੀਂ ਦੇਖ ਲਿਓ ਉਹ ਮੈਂ ਸੁਣ ਲਈਆ ਮੇਰਾ ਬਾਪੂ ਕਹਿੰਦਾ ਵੀ ਵਿਆਹ ਮੈਂ ਕਹਿੰਦਾ ਛਾਂਟੂਗਾ ਉਹ ਛਾਂਟੂ ਕੋ ਕਹਿੰਦਾ ਮੈਂ ਕਿਹਾ ਛਾਂਟੂ ਦਾ ਦੋ ਹੈ ਉਹ ਉਹ ਕਹਿੰਦਾ ਤੇਰਾ ਵਿਆਹ ਹੁੰਦਾ ਇਸਾਲਾ ਚਾਂਡਾ ਨਾ ਹੋਇਤਾ ਮਤਲਬ ਕਿ ਇਹ ਲੋਕਾਂ ਨੂੰ ਇਹ ਲੱਗਣ ਲੱਗ ਗਿਆ ਵੀ ਕਿੱਥੇ ਦਾ ਮੈਂ ਆਉਂਦੇ ਦਿਖਾਇਆ ਵੀ ਕਿੱਥੇ ਦਾ ਛਾਂਟੂ ਆ ਤੇ ਕਿੱਥੇ ਮੇਰਾ ਵਿਆਹ ਨਹੀਂ ਹੁੰਦਾ ਇਹ ਹੋਣੇ ਗੱਲਾਂ ਹੈ ਨਹੀਂ ਗਿਆ ਉਹ ਮੈਂ ਤੇ ਪਹਿਰਾਵਰ ਗਿਆ ਲੋਕਾਂ ਕੋਲ ਪੈਸੇ ਜ਼ਿਆਦਾ ਆ ਗਏ ਲੋਕ ਖਰਚੀ ਜ਼ਿਆਦਾ ਕਰਨ ਲੱਗੇ ਕੁਝ ਲੋਕ ਇਹ ਜੇ ਆ ਗਏ ਕਿਹਨੂੰ ਵੀ ਉਹ ਕੁਝ ਜੇ ਚੈਨਲ ਬਣ ਗਏ ਪਹਿਲਾਂ ਪਹਿਲਾ ਚੈਨਲ ਨਹੀਂ ਸੀ ਚੈਨਲ ਦੇ ਚੈਨਲ ਦੇ ਨਾਲ ਹੋਰ ਨਮਯੋ ਗਰੇ ਫਿਰ ਨਮ ਇਹ ਜੋ ਗਰੇ ਜਿਨ੍ਹਾਂ ਨੇ ਤਿਆਰੀ ਕਰਕੇ ਬੋਲਣਾਗੇ ਬੇ ਕਮੀਡੀਅਨ ਨਹੀਂ ਵੀ ਦੇ ਆਰ ਨੋਟ ਕਮੀਡੀਅਨਸ ਪਰ ਉਹ ਤਿਆਰੀ ਕੀਤੀ ਡਾਲੋ ਤਿਆਰੀ ਕੀਤੀ ਉਹ ਮੇ ਕੀਤੀ ਉਹ ਮੇ ਕੀਤੀ ਹੁਣ ਇੱਕ ਨੂੰ ਥੋੜਾ ਮਾਰੀ ਜਾਵੋਗੇ ਗਾਣਿਆਂ ਨੂੰ ਉਹ ਥੋੜਾ ਉਹ ਗਾਣਾ ਰੋਕ ਸੁਣ ਲਾ ਜਾਂਗੇ ਜਿਵੇਂ ਹੁਣ ਕੀ ਫਿਲਮ ਅਲੀ ਹੁੰਦੀ ਹੈ ਉਹ ਫਿਲਮਾ ਰੀਲੀਸ ਤੇ ਇਹਨਾਂ ਦਾ ਹਿੰਦੀ ਫਿਲਮਾ ਦਾ ਮੇਰੇ ਖਿਆਲ 10-10 ਜਾਂ 50-50 ਕਰੋੜ ਰੁਪਏ ਖਰਚ ਹੁੰਦਾ ਐਡਵਰਟਾਈਜ਼ਮੈਂਟ ਤੇ ਜੀ ਤੇ ਜੇ ਫਿਲਮ ਚੰਗੀ ਹੋਵੇ ਤੇ ਐਡਵਰਟਾਈਜ਼ਮੈਂਟ ਦੀ ਲੋੜ ਹੀ ਨਹੀਂ ਪੈਂਦੀ ਜਾਗਰੂਰ ਦੀ ਐਡਵਰਟਾਈਜ਼ਮੈਂਟ ਦੀ ਕੀ ਲੋੜ ਹੈ ਇਹ ਉਹਨਾਂ ਨੂੰ ਬਿਜਾਓ ਬਿਜਾਓ ਕੇ ਸਰਚ ਬਿਜਾਓ ਬਿਜਾਓ ਕੇ ਕੋਲੋਂ ਟੰਕ ਕਰਕੇ ਉਹ ਕਹਿੰਦੇ ਗਾਣਾ ਸੁਣੀ ਜਾਂਦੇ ਸੁਣੀ ਜਾਂਦੇ ਸੁਣੀ ਜਾਂਦੇ ਅੱਜ ਦੇ ਦੌਰ ਵਿੱਚ ਤੁਹਾਨੂੰ ਕੋਈ ਜੇ ਕਹੀਏ ਅਸੀਂ ਕਿ ਮੇਰ ਮਿੱਤਲ ਜੀ ਨੂੰ ਕਾਮੇਡੀ ਦੇ ਵਿੱਚ ਆਪਣਾ ਕੋਈ ਸੱਚਾ ਵਾਰਿਸ ਜਿਹੜਾ ਉਹ ਕੋਈ ਲੱਗਦਾ ਵੀ ਮੈਂ ਅੱਜ ਦੇ ਪੰਜਾਬੀ ਕਲਾਕਾਰਾਂ ਦੇ ਵਿੱਚੋਂ ਕਮੇਡੀਅਨਸ ਵਿੱਚੋਂ ਕੋਈ ਲੱਗਦਾ ਤੁਹਾਨੂੰ ਕਿ ਹਾਂ ਬਈ ਇਹ ਮੇਰਾ ਜਿਹੜੀ ਕਾਮੇਡੀ ਦਾ ਜਿਹੜਾ ਜਨਰਰ ਮੈਂ ਸ਼ੁਰੂ ਕੀਤਾ ਸੀ ਜਿਹੜਾ ਅੰਦਾਜ਼ ਸ਼ੁਰੂ ਉਸ ਨੂੰ ਅੱਗੇ ਵਧਾ ਰਿਹਾ ਇੱਕ ਕਾਮੇਡੀਿਕ ਐਸੀ ਚੀਜ਼ ਹੈ ਹਾਲੇ ਹੀ ਦਰੋਂ ਸਨ ਕਮੇਡੀ ਜ ਕੋਈ ਇਹ ਮਤਲਬ ਨਹੀਂ ਵੀ ਮੇਰਾ ਕੋਈ ਵਾਰਿਸ ਹੋਵੇ ਜਾਂ ਮੈਂ ਕਿਸੇ ਵਾਰਿਸ ਹੋਵਾਂ ਇਹ ਜ਼ਰੂਰ ਹੈ ਵੀ ਮੈਨੂੰ ਇਹ ਬੜਾ ਪ੍ਰਾਉਡ ਨਹੀਂ ਕਰਦਾ ਪਰਮਾਤਮਾ ਕਰਨ ਨੂੰ ਕਿ ਮੈਂ ਕਿ ਮੇਰੀ ਕਾਪੀ ਕਰਨ ਵਾਲੇ 25 30 ਤੋਂ 50 ਫਿਰਦੇ ਆ ਫਾਰਾਂ ਚ ਫਿਰਦੇ ਆ ਔਰ ਮੈਂ ਕਿਸੇ ਕਾਪੀ ਨਹੀਂ ਕੀਤੀ ਅੱਜ ਤੱਕ ਨੰਬਰ 1 ਕਦੇ ਵੀ ਜ ਕਾਪੀ ਨਹੀਂ ਕੀਤੀ ਉਹ ਕੋ ਕਾਪੀ ਕਰਦੇ ਫਿਰਦੇ ਮੇਰੀ ਇਹ ਹੀ オリジナル ਰਹੀ ਹੈ ਕਿ ਮੈਂ ਆਪਦੀ ਲੈਂਗੁਏਜ ਆਪ ਬੋਲਦਾ ਆਂ ਆਪ ਤਿਆਰ ਕਰਦਾ ਆਂ ਆਪ ਡਾਇਲੋਗ ਤਿਆਰ ਕਰਦਾ ਆਂ ਆਪ ਇਸ ਵਾਸਤੇ ਕੋਈ ਐਹੀ ਗੱਲ ਮੈਨੂੰ ਤੇ ਬਲਗੀ ਨਹੀਂ ਬਾਕੀ ਜੇ ਕੋਈ ਕਾਪੀ ਹੁਣ ਇੱਕ ਤਾਂ ਕਮੇਡੀ ਹੈਗੇ ਜਿਹੜੇ ਪਹਿਲੇ ਪਹਿਲਾ ਮੇਰੀ ਕਾਪੀ ਕਰਦੇ ਸੀ ਫਿਰ ਉਹਨਾਂ ਦੀ ਆਪਦੀ ਕੀਮਤ ਪੈ ਗਈ ਫਿਰ ਉਹ ਆਦੇ ਹੋ ਡਾਇਲੋਗ ਬੋਲਣ ਲੱਗੇ ਮੈਨੂੰ ਉਹ ਵੀ ਕੋਈ ਜਰਾਏ ਨਹੀਂ ਕਿ ਕਹਿੰਦੇ ਮੈਂ ਮਿਸਾਲ ਤੇਰੀ ਲੈਂਗੁਏਜ ਬੋਲਦਾ ਮੈਂ ਮੈਨੂੰ ਉਹ ਵੀ ਕੋਈ ਜਰਾਏ ਨਹੀਂ ਮੈਂ ਕਿ ਜਰਾ ਤੁਹਾਨੂੰ ਦੱਸਦਾ ਨਾ ਮੈਂ ਕਿ ਸਿਨੇਮੇਟ ਕੋੜਕਪੁਰ ਜਾ ਰਿਹਾ ਸੀ ਬਾਹਰ ਸੀ ਜਾ ਰਿਹਾ ਸੀ ਤੇ ਉੱਥੇ ਨਾ ਇੱਕ ਬੰਦਾ ਮੇਰੀ ਐਕਟਿੰਗ ਕਰ ਰਿਹਾ ਸੀ ਤੇ ਸਰਦੀ ਦਾ ਮਾਹੂਸ ਸੀ ਮੈਂ ਪਿੱਛੇ ਖੜ ਗਿਆ ਮੈਂ ਦੇ ਦੇ ਯਾਰ ਮੈਂ ਜਲ ਦੇ ਲੈਣਾ ਚੱਲ ਜਾਨਾ ਆਪਾਂ ਮੈਂ ਖੜਾ ਸੀ ਉਹ ਮਿੱਤਰ ਖੜਾ ਸੀ ਮੈਂ ਮਿੱਤਰ ਦਾ ਮੈਂ ਖੜਾ ਇੱਕ ਬੰਦਾ ਚੁੱਪ ਕਰ ਯਾਰ ਤੇਰੇ ਵਾਂਗ 50 ਦੇਖੀ ਮਗਰ ਨੇ ਯਾਰ ਮੈਂ ਮਿੱਤ ਲੈ ਉਹ ਕਹਿੰਦੇ ਸਾਰੇ ਮਿੱਤ ਲੈ ਤੇ ਆ ਤੂੰ ਚੁੱਪ ਰਹਿ ਜਾ ਪੰਜਾ ਮਗਰ ਵਾਕਿ ਇਸ਼ਾਨ ਮੇਰਾ ਗਲਤ ਸੀ ਲੋਕਾਂ ਨੇ ਮੈਨੂੰ ਘਟਦਾ ਇਸ ਵਾਸਤੇ ਜਦੋਂ ਉਹ ਦੇਖ ਰਹੇ ਉਹਨੂੰ ਸਾਨੂੰ ਕੋਣ ਅਸੀਂ ਬਾਹਰ ਖੜੇ ਆ ਨੇ ਪਛਾਣਿਆ ਉਹਨੇ ਨੈਵਰ ਸੌਰ ਲਾਈਟ ਪਰ ਕਿੰਨਾ ਇੱਕ ਕਾਮੇਡੀ ਜਿਵੇਂ ਤੁਸੀਂ ਕਹੇ ਕਿ ਤੁਸੀਂ ਆਪਣੇ ਸੰਵਾਦ ਜਿੰਨੂੰ ਅਸੀਂ ਕਾਮੇਡੀ ਵਿੱਚ ਕਹੀਏ ਪੰਜ ਜਿਹੜੇ ਉਹ ਤੁਸੀਂ ਆਪ ਹੀ ਲਿਖਦੇ ਹੋ ਦੋ ਦੋ ਤਿੰਨ ਫਿਲਮਾਂ ਬਗ ਸਾਰੇ ਬੰਦ ਮਲੇਗੇ ਕਿੰਨਾ ਜ਼ਰੂਰੀ ਕਾਮੇਡੀਨ ਲਈ ਤੇ ਨਾਲ ਇਹ ਵੀ ਜਾਨਣਾ ਚਾਹਾਂਗੇ ਕਿ ਉਹ ਜਿਹੜਾ ਤੁਹਾਡਾ ਇੱਕ ਪੰਛੀ ਉੜਾਦੇ ਤੋਤੇ ਤੇ ਪਾਤੇ ਮੋਚੇ ਉਹ ਮੈਂ ਹੁਣ ਵੀ ਕਹਿੰਦਾ ਵੀ ਉੜਾਦੇ ਤੋਤੇ ਪਾਤੇ ਮੋਚੇ ਹੋਂ ਤੇ ਹਿੰਦੀਆ ਨੇ ਬੋਲੀ ਜਾਂਦੇ ਆ ਪਰ ਓਰੀਜਨਲ ਓਰੀਜਨਲ ਮੈਂ ਕੀਤੇ ਮਾਰਾ ਕੋਕੜਾ ਉੜਾਦੇ ਤੋਤੇ ਮੈਂ ਕੀਤੇ ਮੈਂ ਮੈਨੂੰ ਸੁਣ ਨਹੀਂ ਪਤਾ ਮੈਨੂੰ ਪਤਾ ਹੈ ਹਰੇ ਨੂੰ ਜੀ ਪਰ ਉਹ ਕਿੰਨਾ ਜ਼ਰੂਰੀ ਇੱਕ ਕਾਮੇਡੀਅਨ ਲਈ ਤੁਹਾਨੂੰ ਲੱਗਦਾ ਹੈ ਕਿ ਜੇ ਆਪ ਉਹ ਲਿਖਦਾ ਹੈ ਉਹ ਪੰਜ ਤਿਆਰ ਕਰਦਾ ਹੈ ਉਹ ਅਬਜ਼ਰਵ ਕਰਦਾ ਹੈ ਤੇ ਉਹਨੂੰ ਸਾਹਰੇਂ ਦਾ ਉਸ ਦੀ ਕਲਾ ਨੂੰ ਸਾਹਮਣੇ ਲੈ ਆਉਣਾ ਸਹੀ ਮੈਨੂੰ ਇਹ ਮੈਨੂੰ ਲੱਗਦਾ ਵੀ ਮੈਂ ਤੁਹਾਨੂੰ ਕਾਨ ਗੱਲ ਸੁਣਾਈ ਆਉਂਗਾ ਮੈਨੂੰ ਪਤਾ ਵੀ ਆਹ ਗੱਲ ਸੁਣਾਉਣ ਦੇ ਬਾਅਦ ਕੋਈ ਸਾਰੇ ਵਾਟੂ ਵਾਲਾ ਸੁਣਗੇ ਇੱਕੋ ਦਮ ਫੇਚਪ ਕਰਕੇ ਫਿਰ ਮੈਂ ਹੋਰ ਗੱਲ ਸੁਣਾਇ ਫੇਚਪ ਕਰਕੇ ਫਿਰ ਹੱਸ ਕੇ ਇਹ ਮੈਨੂੰ ਪਤਾ ਵੀ ਕਿੱਥੇ ਇਹ ਲਫਟਰ ਆਉਣਾ ਕਿੱਥੇ ਉਹ ਮੈਨੂੰ ਇਹ ਜਜਮੈਂਟ ਚਾਹੀਦੇ ਤਾਂ ਕਿਹਦਾ ਕਮੇਟੇਰ ਬਣਦਾ ਜੀ ਤੁਸੀਂ ਤੇ ਬਹੁਤ ਲੋਕਾਂ ਦੇ ਆਈਡੀਅਲ ਜਿੰਨੂੰ ਕਹਿੰਦੇ ਹੋ ਰਿਓ ਕਲਾਕਾਰਾਂ ਦੇ ਆਈਡੀਅਲ ਰਿਓ ਪਰ ਤੁਸੀਂ ਆਪਣਾ ਆਈਡੀਅਲ ਕਿੰਨੂੰ ਮੇਰਾ ਆਈਡੀਅਲ ਜੀ ਮੁਹੰਮਦ ਮਹਿਮੂਦ ਮਹਿਮੂਦ ਸਾਹਿਬ ਹਾਂ ਇੱਕ ਮਨਵਰ ਜ਼ਰੀਫ ਉਹ ਬਣ ਗਿਆ ਪਾਕਿਸਤਾਨ ਚ ਇੱਕ ਐਕਟਰ ਮਨਵਰ ਜ਼ਰੀਫ ਥੋੜਾ-ਮੋਟਾ ਜਵਾਨ ਨਿਵਾਕਰ ਵੀ ਰਾਇ ਇੱਕ ਹੋਰ ਸੀ ਕਰੀਆ ਲਾਲ ਕਰੀਆ ਲਾਲ ਕਈ ਐਸਾ ਹਾਂ ਹਾਂ ਉਹ ਮੜਾ ਮੜਾ ਤੇ ਜਾਂ ਮੈਂ ਮੇਰੇ ਕਮੇਡੀ ਮੇਰੇ ਹੈ ਰਾਜਪੁਰ ਤੇ ਮੈਂ ਜਿੰਦਗੀ ਖੁਆਇ ਸੀ ਮੈਂ ਜਾਵਾਂ ਤੇ ਰਾਜਪੁਰ ਮੇਨ ਆਦੀ ਫਿਲਮ ਜਲਾਵੇ ਉਹਨੇ ਵਾਕਿਆ ਫਿਲਮ ਬੰਦੀ ਸੀ ਗੋਪੀ ਚੰਦ ਦਾ ਸੂਸ ਉਹਨਾਂ ਨੇ ਮੈਨ ਬੁਲਾਇਆ ਤੇ ਸਵਾਈ ਮੇਰੀ ਤੇ ਮੇਰਾ ਰਾਜਪੁਰ ਨਾਲ ਰੋੜ ਕੀਤਾ ਤੇ ਉਹਨਾਂ ਨਾਲ ਜਿਵੇਂ ਰਾਜਪੁਰ ਸਾਥ ਜਾਂ ਤੁਸੀਂ ਉਹਨਾਂ ਨਾਲ ਤੇ ਕੰਮ ਵੀ ਕੀਤਾ ਪਰ ਮੈਮੂਦ ਸਾਹਿਬ ਨਾਲ ਜਿਵੇਂ ਤੁਸੀਂ ਮਿਲਿਆ ਖਾਣ ਪਾਰਟੀ ਇਕੱਠੇ ਹੋਏ ਸੀ ਜੀ ਉਦੋਂ ਕਿਹਾ ਵੀ ਕਿਸੇ ਨੇ ਵੀ ਮੈਮੂਦ ਦਾ ਤੇ ਸੜਾ ਫੈਨ ਆਏ ਪਰ ਕੱ ਇੱਥੇ ਕੰਮ ਨਹੀਂ ਕੀਤਾ ਸੱਕਦੀ ਕੋਈ ਸਵਾਬ ਹੋ ਜਾ ਨਹੀਂ ਹੋਇਆ ਪਰ ਉਹਦੀ ਉਹਦੀ ਖੂਬੀ ਬਹੁਤ ਸੀ ਬਹੁਤ ਹੀ ਜ਼ਰਫਤਿਆ ਐਕਟਰ ਸੀ ਉਹ ਬਹੁਤ ਹੀ ਪਰ ਉਹਨਾਂ ਚ ਨੁਕਸ ਥੋੜੇ ਜਿਆ ਰਹਿ ਜਾਂਦੇ ਵੀ ਉਹ ਜਦੋਂ ਪੈ ਜ਼ਿਆਦਾ ਆ ਜਾਂਦਾ ਨਾ ਉਹ ਐਸ਼ੀ ਪੈ ਜਾਂਦੇ ਉਹ ਇੱਕ ਲਾਈਨ ਨੂੰ ਨਾ ਦੂਜੀ ਲਾਈਨ ਬਰਬਾਦੇ ਤਾਰਨ ਕਰ ਦਿੰਦੇ ਜੇ ਮੈਂ ਕਮੇਡੀ ਦੀ ਲਾਈਨ ਦੇ ਵਿੱਚ ਇੱਕ ਇਹ ਤਾਰਨ ਕਰਾਂ ਵੀ ਮੇਰੀ ਇੱਜ਼ਤ ਵੀ ਹੋਵੇ ਮੈਂ ਨਵਾਸੇ ਵੀ ਕਰਨ ਮੈਨੂੰ ਮੈਂ ਉਹਦੇ ਬਲਾਵਾ ਫੇਰ ਨਹੀਂ ਜਦੋਂ ਮੈਂ ਕਮੇਡੀਅਨ ਆ ਨਾ ਉਦੋਂ ਮੈਨੂੰ ਬਾਕੀ ਅਮੀਰੀ ਦੀ ਕੋਈ ਲੋੜ ਨਹੀਂ ਆ ਕਿਸੇ ਚੀਜ਼ ਦੀ ਕੋਈ ਲੋੜ ਨਹੀਂ ਮੈਂ ਸਿਰਫ ਕੰਮ ਕਰ ਰਿਹਾ ਤੇ ਕੁਝ ਨਿੱਜੀ ਗੱਲਾਂ ਹੋਰ ਵੀ ਨੇ ਜਿਸ ਬਾਰੇ ਅਸੀਂ ਸਵਾਲ ਜਵਾਬ ਕਰਾਂਗੇ ਮੇਰ ਮਿਤਲ ਸਾਹਿਬ ਨਾਲ ਤੁਸੀਂ ਵੇਖਦੇ ਰਹੋ سلسلہ ਇਸੇ ਤਰ੍ਹਾਂ ਜਾਰੀ ਹੈ ਹਾਸਿਆਂ ਦਾ ਵੀ ਤੇ ਗੱਲਾਂ ਦਾ ਵੀ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਤੇ ਜਦ ਜ਼ਿਕਰ ਕਾਮੇਡੀ ਦਾ ਹੁੰਦਾ ਹੈ ਜ਼ਿਕਰ ਇਹਨਾਂ ਦਾ ਜ਼ਰੂਰ ਹੁੰਦਾ ਹੈ ਕਿਉਂਕਿ ਕਾਮੇਡੀ ਇਹਨਾਂ ਤੋਂ ਹੀ ਸ਼ੁਰੂ ਹੁੰਦੀ ਮੇਰ ਮਿਤਲ ਸਾਹਿਬ ਇਸ ਵਕਤ ਚੈਨਲ ਤਸ਼ਰੀਫ ਪਰਮਾਨੇ ਮੇਰ ਜੀ ਅੱਜ ਕਿਤੇ ਨਾ ਕਿਤੇ ਇੱਕ ਕਲਾਕਾਰ ਦੇ ਤੌਰ ਤੇ ਉਹ ਭੁਖ ਰਹਿੰਦੀ ਹੈ ਕਿ ਆਮੇਂ ਸਿਨੇਮਾ ਵੱਲ ਵਾਪਸੀ ਕਰਾਂ ਜਾਂ ਰਿਟਾਇਰਮੈਂਟ ਵਾਲੀ ਜਿਹੜੀ ਜ਼ਿੰਦਗੀ ਵਧੀਆ ਲੱਗ ਰਹੀ। ਉਹ ਐ ਜੀ ਵੀ ਦੋ ਦਿਨ ਗੱਲਾਂ ਉਹ ਜਿੱਤੇ ਗੱਲਾਂ ਹੈ। ਇੱਕਦਮ ਮੈਨੂੰ ਪਰਮਾਤਮਾ ਨੇ ਰੋਕ ਲਿਆ। ਕਿ ਮੈਨੂੰ ਅਧਿਆਤਮਿਕਤਾ ਕੋਈ ਇਹ ਜਿਹ ਮੇਰੇ ਦਿਲ ਚਾਹੀ ਮੈਂ ਕੰਮ ਨਹੀਂ ਕਰਨਾ। ਸੈਕੰਡਲੀ ਜੇ ਮੈਂ ਕੰਮ ਕਰਦਾ ਵੀ ਆ ਕਰਾਂ ਵੀ ਤਾਂ ਹੁਣ ਮੈਨੂੰ ਚਾਚਾ ਬਣਾ ਦੇਣਗੇ, ਤਾਇਆ ਬਣਾ ਦੇਣਗੇ, ਜਾਂ ਬੁੱਢਾ ਬਣਾ ਦੇਣਗੇ। ਹਾਲਾਂਕਿ ਐਕਟਿੰਗ ਮੈਂ ਬੁਢੀ ਵਧੀਆ ਕਰੂੰਗਾ। ਚਾਚੀ ਵਧੀਆ ਕਰੂੰਗਾ। ਪਰ ਉਹਦੋਂ ਇਹ ਸ਼ਾਨ ਜਦੋਂ ਮੈਂ ਇਹਦੀ ਸ਼ੁਰੂਆਤੋਂ ਕੰਮ ਕਰਦਾ ਸੀ ਮੈਂ ਇਕੱਲਾ ਕਮੀਡੀਅਨ ਐ ਜਿਹਦੇ ਤੇ ਜ਼ਿੰਦਗੀ 'ਚ ਇਹਨੇ ਗਾਣੇ ਫਿਲਮਾਂ ਹੋਏ ਕਿਸੇ ਕਮੀਡੀਅਨ ਦੇ ਵੀ ਪੰਜਾਬੀ ਦਾ ਘਰਸਵਾਲੀ ਪਾਉਂਦਾ ਕਦੇ ਹੋਰ ਵੀ ਕਮੀਡੀਅਨ ਦੇ ਇਹਨੇ ਗਾਣੇ ਫਿਲਮਾਂ ਹੋਏ ਜਿਹਨੇ ਮੇਰੇ ਦੇ ਫਿਲਮਾਂ ਹੋਏ ਇੱਕ ਫਿਲਮ 'ਚ ਪੰਜ ਗਾਣੇ ਜੱਟੀ ਸੀ ਜੀਜਾ ਸਾਲੀ ਸੀ ਦੋ ਬਜ਼ਾਰੀ ਸੀ ਹੋਰ ਜਿਹਨੇ ਪੰਜ-ਪੰਜ ਛੇ ਗਾਣੇ ਮੇਰੇ ਤੇ ਫਿਲਮਾਂ ਹੋਏ ਔਰ ਫਿਲਮਾਂ ਹਟ ਹੋਈਆਂ ਤੇ ਗਾਣਾ ਕਮੀਡੀਅਨ ਦਾ ਤੁਸੀਂ ਆਪ ਦੇਖ ਲਓ ਕਿੱਡੇ ਵਧੀਆ ਕਮੀਡੀਅਨ ਐ ਉਹਦਾ ਗਾਣਾ ਜੀ ਗਾਣਾ ਚਾਹੀਏ ਗਾਣਾ ਦੇ ਰਿਕਮੈਂਡ ਫੇਲ ਹੋ ਜੂਗਾ ਤੁਸੀਂ ਹੁਣ ਅੱਗੇ ਦੇਖੀ ਜਾਓ ਜੋ ਗਾਣਾ ਗਾਉਣ ਕਮੇਡੀ ਜੇ ਵਧੀਆ ਸਾਰੇ ਜਿਹੜੇ ਦੇਖੀ ਆਉਂਗੇ ਉਹ ਕਹਿਣ ਕਿ ਗਾਣਾ ਨਹੀਂ ਚੱਲ ਸਕਦਾ ਤੇ ਆਪਣੀ ਕੋਈ ਅੱਜ ਫੁਰਸਤ ਦੇ ਜਦੋਂ ਪਲ ਮਿਲਦੇ ਨੇ ਸਮਾਂ ਜਦੋਂ ਵੀ ਮਿਲਦਾ ਹੈ ਤੇ ਆਪਣੀ ਕੋਈ ਅਜਿਹੀ ਫਿਲਮ ਜਿਹੜੀ ਤੁਸੀਂ ਵੇਖਣਾ ਪਸੰਦ ਕਰਦੇ ਹੋ ਕੋਈ ਕਿਰਦਾਰ ਜਿਹੜਾ ਤੁਹਾਨੂੰ ਬੜਾ ਯਾਦ ਆਉਂਦਾ ਹੈ ਨਹੀਂ ਜੀ ਮੈਂ ਮਦਰ ਇੰਡੀਆ ਬਹੁਤ ਲਾਈਕ ਕਰਦਾ ਨੰਬਰ 1 ਦਾ ਮਦਰ ਇੰਡੀਆ ਹਾਂ ਇੱਕ ਮੈਨੇ ਪਿਆਰ ਕੀਤਾ ਫਿਲਮ ਸੀ ਇੱਕ ਦੋ ਫਿਲਮਾਂ ਹੋ ਰਹੀਆਂ ਪੰਜਾਬੀ ਦੇ ਦਰਬਾਰ ਵੀ ਕੰਮ ਕੀਤਾ ਹੈ ਪੰਜਾਬੀ ਦੇ ਜੀ ਐਕਚੁਅਲੀ ਪੰਜਾਬੀ ਦਾ ਜੇ ਲੋਕ ਕਹਿੰਦੇ ਨੇ ਵੀ ਤੂੰ ਵਧੀਆ ਕੰਮ ਕੀਤਾ ਮੈਨੂੰ ਬੜੀ ਹਾਸੀ ਆ ਜਾਂਦੀ ਹੈ ਵੀ ਉਹ ਮੈਨੂੰ ਮੈਸੋ ਪੈਨੋ ਲੈ ਕੇ ਰਾਜੀ ਸੀ ਮੈਨੂੰ ਲੰਮਾ ਕੰਮ ਦੇ ਕੇ ਰਾਜੀ ਸੀ ਕਿਉਂਕਿ ਉਹ ਕਹਿੰਦੇ ਸੀ ਫਿਲਮ ਫਿਲਮ बिकਦੀ ਨਹੀਂ ਮਿੱਤ ਨੂੰ ਲੈ ਲਓ ਜਦੋਂ ਲੈ ਲਿਆ ਜਾ ਕੇ ਪੜੀ ਸਿਰ ਕਹਿੰਦੇ ਸੀ ਮਿੱਤ ਨੂੰ ਸੈਨ ਕਰ ਲਿਆ ਤੇ ਫਿਲਮਾਂ ਦਾ ਮੁੱਲ ਲੈ ਲੈਂਦਾ ਸੀ ਸੌਰੀ ਟੂ ਸੇ ਪਰ ਫਿਰ ਮੈਂ ਸੀਨ ਲਿਖਦਾ ਉਹ ਸੀਨ ਮਾਜ਼ੇ ਲਿਖਦਾ ਵੀ ਐ ਕਰ ਲੋ ਉਸ ਸੀਨ ਕਿਵੇਂ ਲੰਮੇ ਲਿਖੇ ਜਾਂਦੇ ਉਹ ਮੈਂ ਕਹਾਂ ਕਰ ਲੋ ਜਾਂ ਦੋ ਤਿੰਨ ਟਾਈਮ ਹੋ ਰਹਾ ਤੇ ਉਹ ਤਾਂ ਕਰ ਰਹੇ ਨੇ ਇਸ ਵਾਸਤੇ ਮੇਰੀ ਐਜ਼ ਅ ਕਮੀਡੀਅਨ ਭੁਖ ਸਿਰਫ 40% ਬਿਟੀ ਹੈ ਬਾਕੀ ਬਿਟੀ ਨਹੀਂ ਐਨ ਮੇਰੇ ਕੋਲ ਮਸਾਲਾ ਪਿਆ ਪਰ ਹੁਣ ਤਾਂ ਪਰਮਾਤਮਾ ਦਾ ਬੰਦਾ ਐਕਚੁਅਲੀ ਤੇ ਮਸਾਲੇ ਨੂੰ ਸਾਹਮਣੇ ਲੋਕਾਂ ਦੇ ਮੂਰੇ ਲੈ ਕੇ ਆਣ ਦਾ ਇਹ ਰਗਨ ਕਰ ਲੈ ਜੀ ਮੈਨੂੰ ਐਕਚੁਅਲੀ ਪੰਜਾਬੀ ਦੇ ਜਿਹੜੇ ਬਾਕੀ ਆ ਨਾ ਉਹ ਐਕਚੁਅਲੀ ਇਹ ਥੋੜਾ ਜਿਹਾ ਫੀਲ ਹੋ ਜਾਂਦਾ ਵੀ ਮਿੱਤਰ ਕੱਲੇ ਡੋਮੀਨੇਟ ਕੀ ਜਾਂਦਾ ਇਹ ਫ੍ਰੈਂਕਲੀ ਸਪੀਕ ਵੀ ਕੱਲੇ ਡੋਮੀਨੇਟ ਕੀ ਜਾਂਦਾ ਇਹ ਹੌਲਾ ਹੀ ਹੋਸਾ ਲਈ ਵੀ ਕੀ ਅਨੁਸਾਹਾ ਹੋਇਆ ਹੋਇਆ ਯਾਰ ਵੀ ਮੈਂ ਤਰੜ ਗਿਆ ਚੰਗਾ ਹੋ ਗਿਆ ਸਾਰਾ ਨੰਬਰ ਲੱਗ ਗਿਆ ਇਹ ਵੀ ਗੱਲ ਕੋਈ ਨਹੀਂ ਮੈਨੂੰ ਕੋਈ ਤਾਂ ਆਇਆ ਨਹੀਂ ਕਿਸੇ ਨਾਲ ਕਿਸੇ ਐਕਟਰ ਨਾਲ ਕਿ ਨਿੱਕੇ ਜਿਹੇ ਕਮੇਡੀਅਨ ਨੂੰ ਵੀ ਮੈਂ ਬਹਿ ਜਾਂਦਾ ਜੀ ਤੇ ਮੇਰਾ ਲਾਈਕ ਪੋਸ ਕਰਦਾ ਮੈਂ ਕਦੇ ਨਹੀਂ ਕਿਛ ਗਿਆ ਵੀ ਮੈਂ ਕਦੇ ਲਾਕ ਡਾਟ ਹੈ ਮੇਰੀ ਕਿਸੇ ਨਾਲ ਮੇਰੀ ਕੋਈ ਦਸ਼ਮਣੀ ਹੈ ਜਦੋਂ ਕੋਈ ਕਿੰਨਾ ਹੀ ਚਮਕੇ ਇਸ ਆਲ ਰਾਈਟ ਮੈਂ ਕਦੇ ਨਹੀਂ ਰੱਖਿਆ ਕਿ ਬਿਲਕੁਲ ਵੀ ਮੈਂ ਆਪੇ ਡਾਇਲੋਗ ਆਪੇ ਲਿਖਦਾ ਸੀ ਆਪੇ ਬਣਾ ਦੇ ਔਰ ਮੈਂ ਲਿਖਦਾ ਵੀ ਸੀ ਉਹ ਉਹਦੇ ਸੀ ਜਦੋਂ ਸ਼ੂਟਿੰਗ ਹੋ ਰਹੀ ਹੈ ਨਾ ਬਾਅਦ ਦਾ ਘਣਾ ਪੈਣਾ ਸੀ ਲੈਣਾ ਇਹ ਦੱਸਣਾ ਵੀ ਹੁਣ ਸਪੌਂਟੈਨਿਟੀ ਉਦੋਂ ਤੋਂ ਉਹ ਨਹੀਂ ਉਹ ਜ਼ਿਆਦਾ ਹੁੰਦਾ ਹੈ ਉਦੋਂ ਵਗਰ ਬਹੁਤ ਜ਼ਿਆਦਾ ਹੁੰਦੀ ਹੈ ਵੀ ਕੁੜੀ ਮੇਰੇ ਨਾਲ ਕੰਚਨ ਬੰਦੀ ਸੀ ਤੇ ਕੰਚਨ ਕਹਿੰਦੀ ਸੀ ਲੇਤਾ ਜੀ ਮਖਾਨ ਇਹਦਾ ਕਹਿੰਦੀ ਮੇਰਾ ਤੇਰਾ ਜੀ ਤੇ ਹਾਈ ਤੇਰੇ ਵਗਰ ਕਿਵੇਂ ਕੰਮ ਚੱਲੂ ਤੇ ਤੁਸੀਂ ਜਿਵੇਂ ਸਾਨੂੰ ਯਾਦ ਅਸੀਂ ਜਿਹੜੀ ਪੰਜਾਬੀ ਫਿਲਮਾਂ ਦਾ ਜ਼ਿਕਰ ਤੁਹਾਡੀ ਕਰੀ ਤੇ ਉਸ ਵਿੱਚ ਤੁਸੀਂ ਮਟਿਆਰਾ ਨੂੰ ਛੇੜਿਆ ਵੀ ਪੜਿਆ ਪਰ ਬੜੇ ਸਹਿਜ ਤਰੀਕੇ ਨਾਲ ਅੱਜ ਵੀ ਛੇੜਛਾੜ ਹੁੰਦੀ ਪਰ ਉਸ ਵਿੱਚ ਉਹ ਨਜ਼ਾਕਤ ਜਿਹੜੀ ਉਹ ਨਹੀਂ ਹੈ ਪਤਾ ਕੀ ਹੈ ਜੀ ਹੁਣ ਹੁਣ ਤਾਂ ਨਾ ਹੁਣ ਤਾਂ ਪੈਸੇ ਦੇ ਉਹ ਕਿੰਨਾ ਕੰਮ ਕਰਾ ਰਹੇ ਸਾਡੀ ਫਿਲਮ ਵੇਲੇ ਵਾਲੋ ਕਿ ਕਿਸੇ ਨਾਲ ਉਹ ਨਹੀਂ ਸੀ ਕਿਸੇ ਨਾਲ ਉਹ ਨਹੀਂ ਸੀ ਤੇ ਵੈਸੇ ਇੱਕ ਵਾਰੀ ਹੁੰਦਾ ਵੀ ਉਹ ਐਸ ਲਿਪਸਟਿਕ ਲਾਗੇ ਨਾ ਤੇ ਐ ਲਾ ਦਿੰਦੇ ਐ ਵੀ ਜਿਵੇਂ ਕਿਸੇ ਲਈ ਹੁੰਦਾ ਐ ਲਾਤਾ ਮੈਂ ਨਹੀਂ ਲਗਾਇਆ ਮੈਂ ਨਹੀਂ ਪੀਲੇ ਮੈਂ ਮੈ ਮੈਨਾਂ ਮੈਂ ਕੀਤਾ ਨਹੀਂ ਕਿਉਂ ਕੰਮ ਕਰਿਆ ਨਾ ਮੈਂ ਆਲਰਾਇਟ ਕੋੜੇ ਦੇ ਕਦਰ ਮੈਨੇਜਰ ਆ ਗਦੇ ਦੇ ਮੈਨੇਜਰ ਆ ਕਾਰਖਾ ਦੇ ਮੈਨੇਜਰ ਆ ਮੈਂ ਪਹਿਲੇ ਕਿ ਮੈਂ ਕਾਰ ਚਲਾਉਣੀ ਹੈ ਮੈਂ ਬੰਦਾ ਭਟਾ ਉੱਠੂਗਾ ਮੈਂ ਕਾਰ ਨਹੀਂ ਚਲਾ ਸਕਦਾ ਇਸ ਵਾਸਤੇ ਉਹ ਤਾਂ ਆਪਣਾ ਆਪਣਾ ਹੁੰਦਾ ਜੀ ਉਦੋਂ ਛੇੜ ਦੀ ਗੱਲ ਐ ਸੀ ਵੀ ਜਿਵੇਂ ਮੈਂ ਕੁੜੀਆਂ ਨੂੰ ਛੇੜਦਾ ਸੀ ਨਾ ਮੈਂ ਸਾਨੂੰ ਬੈਠ ਰਹਾਦਾ ਉਹ ਕੁੜੀਆਂ ਹੁਣ ਵੀ ਕਹਿੰਦਾ ਮੈਨੂੰ ਛੇੜੋ ਇਹ ਇਹਦਾ ਕਾਰਨ ਦੱਸਾਂ ਮੈਂ ਕਿਸੇ ਮੇਰੇ ਦੋਸਤ ਦੇ एक लड़की आ गई चौदह तेरह साल दी क्या कहती मैं बनना तो कह तू कि कै डलॉग बोले लड़न की गल है मगर कैं बनना मैं, बन मैं मित्र काम करना मैं अच्छा मा नहीं बनतू तो, कै कहना मैं तू हाँ जी की मगर मैं कहूँगा इधर आ तू कही मैं नहीं आँगी मैं उन्होंने कहता इधर आ कह आ गई <laughs> ਪੇ ਪੋਤਰੇ ਤੁ ਨਹੀਂ ਬੇ ਕਭ ਕਰਦਾ ਸੀ ਮੈਂ ਤਾਂ ਨਹੀਂ ਉੜਾ ਸੀ ਕਹਿੰਦੇ ਮੈਂ ਕਿਉਂ ਨਹੀਂ ਉੜਾ ਜਦੋਂ ਤੁਸੀਂ ਮੈਨੂੰ ਬੁਲਾਇਆ ਸੀ ਮੈਂ ਇਹੀ ਦਗਨ ਤੇ ਇੱਕ ਤੁਹਾਡਾ ਉਹ ਜਿਹੜਾ ਅੰਦਾਜ਼ ਸੀ ਅਸੀਂ ਚਾਹਾਂਗੇ ਸਾਡੇ ਸਰੋਤਿਆਂ ਨਾਲ ਜਿਹੜਾ ਉਹ ਮੈਂ ਕਿਹਾ ਉਹ ਉਹ ਕਿੱਥੋਂ ਆਜੀ ਬੰਦਾ ਮਾਰ ਦਿੰਦਾ ਕਹਿੰਦੇ ਮੈਂ ਤਾਂ ਆਪੇ ਸੋਚਿਆ ਸੀ ਮੈਂ ਫਿਲਮ ਬੋਲੀਆ ਅਜੀ ਬੰਦਾ ਮਾਰ ਦਿੰਦਾ ਮੈਂ ਤੂੰ ਗੱਲ ਕੀ ਕਹਿੰਦਾ ਬੰਦਾ ਮਾਰ ਦਿੰਦਾ ਨਹੀਂ ਨਹੀਂ ਕਹ ਲੈ ਨਹੀਂ 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 ਇਹ ਕਹ ਲੈ ਮੈਂ ਇਹਦੀ ਇਹ ਕਹ ਲੈ ਨਹੀਂ ਕਹ ਲੈ ਤੇ ਉਹ ਹੌਜ਼ਰੀ ਕੀ ਪੁੱਛਿਆ ਸੀ ਮੈਨੂੰ ਪਤਾ ਨਹੀਂ ਕੀ ਪੁੱਛਿਆ ਸੀ ਜਿਹੜਾ ਉਹ ਤੁਸੀਂ ਸਹੀ ਸਟਾਈਲ ਜਿਹੜਾ ਸੀ ਉਹ ਮੈਂ ਕਿਹਾ ਉਹ ਆ ਜੋ ਮੈਂ ਬੈ ਬੈ ਮਮਾ ਬਬਾ ਉਹ ਬਬਾ ਇੱਕ ਇੱਕ ਇਹਨੂੰ ਉਹ ਬੈ ਗਿਆ ਉਹ ਐ ਉਹਦੇ ਕੀ ਸਹੀ ਵਸ ਤੇ ਆਉਣ ਵਾਲੇ ਕੋਈ ਜਿਹੜੇ ਤੁਹਾਡੇ ਕੋਈ ਪ੍ਰੋਜੈਕਟ ਜਾਂ ਕੋਈ ਸੁਪਨਾ ਤੁਹਾਨੂੰ ਲੱਗਦਾ ਹੈ ਕਿ ਹੱਲੇ ਵੀ ਜਿਹੜਾ ਪੂਰਾ ਨਹੀਂ ਹੋ ਨਹੀਂ ਹੁਣ ਤਾਂ ਮੈਂ ਇਹ ਪ੍ਰਜਾ ਪਿਤਾ ਬ੍ਰਮਹ ਕਵਾਰੀ ਈਸ਼ਵਰੀਆ ਵਿਸ਼ਵ ਵਿਦਿਆਲਿਆ ਇਹਦਾ ਮੈਂਬਰ ਇਹ ਜਿਹੜੀ ਸੰਸਥਾ ਹੈ ਇਹ ਸਸ ਕਿਸੇ ਨੇ ਨਹੀਂ ਬਣਾਈ ਇਹ ਸੰਸਤਾ ਉਸ ਤੋਂ ਪਰਮਾਤਮਾ ਨੇ ਬਣਾਈ ਹੈ ਸਾਡਾ ਕੋਈ ਗੁਰੂ ਨਹੀਂ ਕੋਈ ਵੀ ਗੁਰੂ ਕੌਣਾ ਹੈ ਪਰਮਾਤਮਾ ਪਰਮਾਤਮਾ ਧਰਤੀ ਤੇ ਕਿਉਂ ਆਇਆ ਹੁਣ ਉਹ ਸਿਰਫ ਐ ਹੈ ਵੀ ਹੁਣ ਦੁਨੀਆ ਚ ਲੜਾਈ ਝਗੜੇ ਬਿਮਾਰ ਪੇਟ ਰਿਸ਼ਤਾਦਾਰੀ ਖਤਮ ਹੋ ਗਈ ਦੋਸਤੀ ਖਤਮ ਹੋ ਗਈ ਲੈਣ ਦੇਣ ਖਤਮ ਹੋ ਗਿਆ ਇਹ ਸਾਰੇ ਬੂਟੇ ਸੁੱਕ ਗਏ ਹੁਣ ਕਹਿੰਦਾ ਮੈਨੂੰ ਮੈਂ ਆ ਗਿਆ ਔਰ ਆ ਸ਼ਾਂਤੀ ਵੀ ਹੋ ਗਈ ਔਰ ਆਬਾਦੀ ਵਧ ਗਈ ਹੁਣ ਕਹਿੰਦਾ ਮੈਨੂੰ ਸਾਰੇ ਨਿਵੇੜੇ ਕਰਨੇ ਪੈਣਗੇ ਕਿਉਂ ਗਵਰਨਮੈਂਟ ਆ ਫੇਲ ਹੋ ਗਈਆਂ ਹੁਣ ਸ਼ਾਂਤੀ ਨਹੀਂ ਲਿਆ ਸਕਦੀਆਂ ਗਵਰਨਮੈਂਟ ਆ ਫੇਲ ਹੋ ਗਈਆਂ ਉਹਨਾਂ ਬਾਦੀ ਕੰਮ ਨਹੀਂ ਹੋ ਸਕਦੀ ਉਹ ਹੁਣ ਪਰਮਾਤਮਾ ਤਰਫ ਤੇ 5000 ਸਾਲ ਬਾਅਦ ਆਉਂਦਾ ਹੈ ਉਹ ਅਗੇ ਦੱਸਦਾ ਵੀ ਹੁਣ ਦੁਨੀਆ ਦਾ ਮਹਾਂ ਵਿਨਾਸ਼ ਕਰਨਾ ਹੈ ਤੇ ਫਿਰ ਸਤਜਯੁਗ ਆਉਣਾ ਹੈ ਉਹ ਕਹਿੰਦਾ ਸਾਰ ਜੁਗ ਚਾਰ ਹੈ ਸਤਜਯੁਗ ਤ੍ਰੇਤਾ ਦਵਾਪਰ ਤੇ ਕਰਜੋ ਇਹ ਆਪ ਦੱਸੋ ਸਾਨੂੰ ਕੋਈ ਨਾਲ ਨਹੀਂ ਸੀ ਕਿਸੇ ਨੇ ਵੀ ਕੋਈ ਨਾਲ ਨਹੀਂ ਸੀ ਉਹ ਕਹਿੰਦਾ ਕਿਸੇ ਨੂੰ ਮੇਰੀ ਨਾਲ ਮੇਰੇ ਬਾਰੇ ਕੋਈ ਆਦਮੀ ਦੱਸ ਹੀ ਨਹੀਂ ਸਕਦਾ ਦੁਨੀਆ ਦਾ ਮੈਂ ਕੌਣ ਹਾਂ ਕਿੱ사 ਹਾਂ ਕਿਸੇ ਨੂੰ ਕੋਈ ਪਤਾ ਨਹੀਂ ਕਹਿੰਦਾ ਮੈਂ ਆਪ ਦੇ ਪ੍ਰਚਾਪੇ ਦਿੰਦਾ ਜਦੋਂ ਆਉਣਾ ਔਰ ਹੁਣ ਕਹਿੰਦਾ ਜਦੋਂ ਦੁਨੀਆ ਪਲਟੂਗੀ ਫੇਰ ਫੇਰ ਮੇਰਾ ਕਹਿੰਦਾ ਇਹ ਪ੍ਰਹਲੋਪ ਹੋ ਜਾ ਮੇਰੀ ਜਨਾਨੀ ਇਹ ਹੁਣ ਮੈਂ ਉਹ ਗਿਆਨ ਹੈ ਜੇ ਬਾਕੀ ਉਹ ਗਿਆਨ ਜੇ ਸਾਰੇ ਕੋਈ ਉਹ ਖੁਫੀਸ ਨਹੀਂ ਸਾਡੀ ਜੀ ਕੋਈ ਅਸੀਂ ਪ੍ਰੋਪਰ ਗਿਆਨ ਦਿੰਦੇ ਆ ਉਹਦਾ ਕੈਰੇਕਟਰ ਬਣਦਾ ਉਹ ਕਹਿੰਦਾ ਬੇਟਾ ਤੁਸੀਂ ਆ ਧਰਤੀ ਤੇ ਹੁਣ ਆਏ ਹੋ ਤੁਸੀਂ ਜੇ ਸਤਿ ਨੂੰ ਜਾਣਾ ਹੈ ਤਾਂ ਤੁਸੀਂ ਘੱਟੋ ਘੱਟ ਸਾਰਿਆਂ ਨੂੰ ਕ੍ਰਿਮੀਨਲ ਖਣਾ ਦੇਖੋ ਪੈਣ ਪੜਾਖ ਰਹਾਂ ਦੇਖੋ ਤੁਸੀਂ ਬਾਹਰ ਲਾ ਤੋਂ 올ਡ ਕੰਮ ਕੋਈ ਕਰਨਾ ਹੀ ਨਹੀਂ ਸਾਡੀ ਕੋਈ ਐਜੀਟੇਸ਼ਨ ਨਹੀਂ ਹੁੰਦੀ ਸਾਡਾ ਕੋਈ ਧਰਨਾ ਨਹੀਂ ਹੁੰਦਾ ਸਾਡੇ ਕੋਈ ਲੜਾਈ ਨਹੀਂ ਹੁੰਦੀ ਸਾਡੀ ਗਵਰਨਮੈਂਟ ਨਾਲ ਮਿਲਾਪ ਹੈ ਸਾਡਾ ਕੋਈ ਚੜਾ ਹੋਈ ਨਹੀਂ ਸਕਦਾ ਅੱਜ ਨਹੀਂ ਕਦੇ ਵੀ ਤੁਸੀਂ ਫੜ ਲੋਗੇ ਬੰਦੇ ਨਾਲ ਤੁਹਾਨੂੰ ਪਰਮਾਨੰਤ ਮਿਲਾਊਗਾ ਪਰ ਸਾਨੂੰ ਕੀ ਜ਼ਿੰਮੇਵਾਰੀ ਹੈ ਉਹ ਛਾਊਗਾ ਅੱਪੇ ਆਪੇ ਜਿਹੜਾ ਜਿਹੜਾ ਫੜਾਊਗਾ ਛਾਊਗਾ ਜਦੋਂ ਆਪ ਆਉਂਦਾ ਉਹ ਇਹ ਸਾਨੂੰ ਹਰੇ ਹਾਲ ਮੇ ਆਉਣੀ ਨਹੀਂ ਨਿਕਲਦਾ ਕਿ ਉਹ ਤਾਂ ਇਹ ਨਾ ਅਜਾ ਜਦੋਂ ਹਾਜ਼ਮੇ ਆ ਗਈ ਫੇਰ ਘਰ ਬਣੂਗੀ ਬਹੁਤ ਵੱਡੀ ਗੱਲ ਹੈ ਜੀ ਥੈਂਕ ਯੂ ਵੈਰੀ ਮਚ ਉਸ ਉੱਪਰ ਵਾਲੇ ਦੇ ਮਿਹਰ ਜਿਹੜੀ ਉਹ ਮਿਹਰ ਮਿੱਤਲ ਸਾਹਿਬ ਤੇ ਬਣੀ ਰਹੇ ਹਮੇਸ਼ਾ ਇਹ ਸਿਹਤ ਯਾਦ ਰਹਿਣ ਤੇ ਸਾਡੇ ਹਾਸਿਆਂ ਦਾ ਹਿੱਸਾ ਵੀ ਰੱਬ ਰੱਖਾ